करे। केंद्र सरकार वेखो प्यारे अगे बड़ी बारी धक्के हुए कसाब अजे भी जिंदा है, अफजल गुरु अजे भी जिंदा है, टाइटलर अजे भी जिंदा है, सज्जन कुमार जिन्हां ने गला विच टैर पा पा के साडे ने सिख 84 दे अजे भी जिंदे ने। मैं बेनती करना जे फांसी इन्हां ने देनी भी है ते फिर इस जज दे फैसले तों ओह भी ते सिख लैण। ਉਹ ਜਿਹੜੇ ਸੱਜਣ ਕੁਮਾਰ ਨੂੰ ਕਲੀਨ ਚਿੱਟ ਦੇ ਰਹੇ ਨੇ, ਟਾਈਟਲਰ ਵਰਗਿਆਂ ਨੂੰ ਛੱਡ ਰਹੇ ਨੇ, ਉਹ ਜੇ ਬਲਵੰਤ ਸਿੰਘ ਰਾਜੋਆਣੇ ਵਾਸਤੇ ਰਾਜੇਆਣਾ ਵਾਸਤੇ ਫਾਂਸੀ ਦੀ ਸਜ਼ਾ ਹੈ ਤੇ ਇਸ ਫੈਸਲੇ ਤੋਂ ਉਹ ਜੱਜ ਵੀ ਫੈਸਲਾ ਲੈ ਲੈਣ, ਉਹ ਵੀ ਸਿੱਖ ਲੈਣ ਕੁਝ, ਉਹਨਾਂ ਨੂੰ ਫਾਂਸੀ ਚਾੜਿਆ ਹੁੰਦਾ। ਅਸੀਂ ਕਹਿੰਦੇ ਠੀਕ ਹੈ ਜੀ, ਸਿਸਟਮ ਇਦਾਂ ਦਾ ਹੈ, ਜਿਹੜਾ ਬੰਦਾ ਇਦਾਂ ਲੱਗਦਾ ਹੈ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ, ਉਹ ਵੀ ਫਾਂਸੀ ਚੜੇ ਨੇ ਤੇ ਸਾਡਾ ਸਿੰਘ ਵੀ ਚਲਿਆ ਗਿਆ, ਕੋਈ ਗੱਲ ਨਹੀਂ। ਉਹ ਜਦੋਂ ਗਲਾਂ 'ਚ ਟੈਰ ਪਾ ਪਾ ਕੇ ਸਿੱਖਾਂ ਨੂੰ ਸਾੜਨ ਵਾਲੇ ਅੱਗੇ ਉਹ ਜਿਉਂਦੇ ਨੇ ਤੇ ਫਿਰ ਇਹਨਾਂ ਨੂੰ ਵੀ ਇਹੀ ਸਜ਼ਾ, ਘੱਟ ਗਿਣਤੀ ਸਿੱਖਾਂ ਦੀ, ਇਸੇ ਕਰਕੇ ਇਦਾਂ ਹੋ ਰਿਹਾ। ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰਿਓ, ਸਾਰੇ ਜਣੇ ਲਾਮਬੰਦ ਹੋਈਏ, ਸਾਰੇ ਇਕੱਠੇ ਹੋਈਏ, ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਨੇ। ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ, ਉਹ ਬਾਹਰਲੇ ਦੇਸ਼ਾਂ 'ਚ ਬੈਠੇ ਨੇ, ਅਸੀਂ ਪੰਜਾਬ 'ਚ ਬੈਠੇ ਹਾਂ। ਜਿੰਨਾ ਸਾਡੇ ਤੋਂ ਹੋ ਸਕਦਾ ਹੈ ਆਪਣੇ ਆਪਣੇ ਤਰੀਕੇ ਨਾਲ ਕਰੀਏ।